ਸਤਿ ਸ਼੍ਰੀ ਅਕਾਲ ਦੋਸਤੋ, ਅਤੇ ਬਹੁਤ ਸਾਰੇ ਸਾਡੇ ਸਾਥੀਆਂ ਵੱਲੋਂ ਵਟਸਐਪ ਦੇ ਉੱਤੇ ਮੈਸੇਜ ਕਰਕੇ ਜਾਂ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਕਿਹਾ ਗਿਆ ਸੀਗਾ ਕਿ ਜਦੋਂ ਉਹਨਾਂ ਨੇ ਈ ਪੰਜਾਬ ਦੇ ਐਪ ਦੇ ਰਾਹੀਂ ਹਾਜ਼ਰੀ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕਈ ਵਾਰੀ ਉਹਨਾਂ ਨੂੰ ਐਰਰ ਫੇਸ ਕਰਨਾ ਪਿਆ ਹੈ ਕਿ ਘੱਟੋ ਘੱਟ ਇੱਕ ਵਿਦਿਆਰਥੀ ਉਹਨਾਂ ਨੂੰ ਐਬਸੈਂਟ ਕਰਨ ਲਈ ਕਹਿ ਰਿਹਾ ਹੈ, ਇਹ ਐਰਰ ਉਹਨਾਂ ਨੂੰ ਆ ਰਹੀ ਹੈ ਅਤੇ ਇਸਦਾ ਕੀ ਸਲਿਊਸ਼ਨ ਹੈ। ਸੋ ਇਸਦਾ ਸਲਿਊਸ਼ਨ ਬਹੁਤ ਹੀ ਈਜ਼ੀ ਹੈ। ਸਿੰਪਲੀ ਤੁਸੀਂ ਕੀ ਕਰਨਾ ਹੈ, ਆਪਣੇ ਫੋਨ ਦੇ ਵਿੱਚੋਂ ਜਿਹੜਾ ਐਪ ਇੰਸਟਾਲ ਕੀਤਾ ਹੈ ਈ ਪੰਜਾਬ ਦਾ, ਉਸ ਨੂੰ ਅਨਇੰਸਟਾਲ ਕਰ ਦੇਣਾ ਹੈ ਔਰ ਦੁਬਾਰਾ ਇੱਥੇ ਜਿਹੜਾ ਇਹ ਐਪ ਦਿੱਤਾ ਗਿਆ ਇਸ ਨੂੰ ਡਾਊਨਲੋਡ ਕਰਕੇ ਆਪਣੇ ਫੋਨ ਦੇ ਵਿੱਚ ਇੰਸਟਾਲ ਕਰ ਲੈਣਾ। ਤੁਹਾਡੀ ਜਿਹੜੀ ਪ੍ਰੋਬਲਮ ਆ ਰਹੀ ਸੀ ਕਿ ਘੱਟੋ ਘੱਟ ਇੱਕ ਵਿਦਿਆਰਥੀ ਨੂੰ ਜਿਹੜਾ ਹੈ ਐਬਸੈਂਟ ਕਰੋ, ਉਸ ਤੋਂ ਬਾਅਦ ਹਾਜ਼ਰੀ ਲੱਗੇਗੀ, ਉਹ ਪ੍ਰੋਬਲਮ ਤੁਹਾਡੀ ਜਿਹੜੀ ਆ ਸੋਲਵ ਹੋ ਜਾਏਗੀ ਔਰ ਤੁਹਾਡੇ ਜਿੰਨੇ ਵੀ ਵਿਦਿਆਰਥੀਆਂ ਦੀ ਜਿਹੜੀ ਤੁਸੀਂ ਹਾਜ਼ਰੀ ਲਗਾਉਣਾ ਚਾਹ ਰਹੇ ਹੋ ਕਿ ਅਗਰ ਕਲਾਸ 'ਚ ਸਾਰੇ ਦੇ ਸਾਰੇ ਵਿਦਿਆਰਥੀ ਪ੍ਰੈਜੈਂਟ ਨੇ, ਦੈਨ ਉਹ ਬਿਨਾਂ ਕਿਸੇ ਨੂੰ ਐਬਸੈਂਟ ਕੀਤੇ ਵੀ ਮਾਰਕ ਹੋ ਜਾਏਗੀ। ਸੋ ਉਮੀਦ ਕਰਾਂਗੇ ਦੋਸਤੋ ਤੁਹਾਨੂੰ ਅੱਜ ਦੇ ਇਸ ਵੀਡੀਓ ਤੋਂ ਸੋਲਿਊਸ਼ਨ ਮਿਲ ਗਿਆ ਹੋਏਗਾ ਕਿ ਅਗਰ ਤੁਹਾਨੂੰ ਵੀ ਪ੍ਰੋਬਲਮ ਆ ਰਹੀ ਸੀ ਕਿ ਘੱਟੋ ਘੱਟ ਇੱਕ ਵਿਦਿਆਰਥੀ ਐਬਸੈਂਟ ਕਰਨ ਲਈ ਕਹਿ ਰਿਹਾ ਸੀਗਾ ਐਪ, ਦੈਨ ਉਸ ਨੂੰ ਕਿਸ ਤਰ੍ਹਾਂ ਸੋਲਵ ਕਰਨਾ। ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੈ, ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਆਪਣੇ ਦੋਸਤਾਂ ਨਾਲ। ਮਿਲਦੇ ਹਾਂ ਇਸੇ ਤਰ੍ਹਾਂ ਨਾਲ ਨਵੀਂ ਵੀਡੀਓ 'ਚ ਨਵੇਂ ਕੰਸੈਪਟ ਦੇ ਨਾਲ।